ਲਓ ਮਿੱਤਰੋ ਬੈਲਾ ਦੀ ਫੀਡ ਤਿਆਰ ਕਰ ਲਈ ਵੀਰੇ ਵਿੱਚ ਫੀਡ ਪਾਈ ਆ ਰੋਟੀਆਂ ਪਾਈਆਂ ਨੇ ਦਹੀਂ ਪਾਈ ਆ ਤਿੰਨੇ ਚੀਜ਼ਾਂ ਮਿਕਸ ਕਰਕੇ ਆਪਾਂ ਇਹਨੂੰ ਰੱਖਦੇ ਹੁੰਨੇ ਆ ਆਹੀ ਹੈ ਜੀ ਰੁਟੀਨ ਆ ਰੋਜ਼ ਦੀ ਆਹੀ ਫੀਡ ਆ ਆਜੋ ਫਿਰ ਆਪਾਂ ਇਹਨੂੰ ਚੱਲ ਕੇ ਰੱਖੀਏ ਚੱਕ ਬੈਲਾ ਲੈ ਫਿਰ ਖਾ ਬਈ ਹਾਂਜੀ ਫਸਫਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਮੈਂ ਤਰੋਂ ਠੀਕ ਠਾਕ ਹਾਂ ਬਈ ਜਾਨਵਰ ਫੱਟਾ ਸਾਰਿਆਂ ਦੇ ਛੋਟੂ ਗੈਂਗ ਬਈ ਸਾਰੀ ਫਿਰਦੀ ਆ ਬਾਹਰ ਤੇ ਇੱਧਰ ਬਈ ਲੱਕੇ ਹਨਾ ਬਾਹਰ ਨਿਕਲ ਕੇ ਨਮੇਰੇ ਤੇ ਛੜੇ ਬੈਠੇ ਨੇ ਤੇ ਇੱਧਰ ਬਈ ਮੈਂ ਤੁਹਾਨੂੰ ਬੱਕਰੀਆਂ ਦਾ ਹਾਲ ਦਿਖਾਦਾ ਹੁਣ ਬਾਬਿਓ ਆ ਕਾਲੀ ਬੱਕਰੀ ਆਪਣੀ ਤਾਂ ਕਰਕੇ ਫੁੱਸਤ ਸੀ ਕਿਉਂਕਿ ਇਹਨੂੰ ਬਹੁਤ ਜ਼ਿਆਦਾ ਬੁਖਾਰ ਸੀ ਕੱਲ ਡਾਕਟਰ ਬੁਲਾਇਆ 104 ਬੁਖਾਰ ਸੀਗਾ ਫਿਰ ਉਹਨੇ ਟੀਕਾ ਲਾਇਆ ਫਿਰ ਕਿਤੇ ਜਾ ਕੇ ਫੱਟ ਹੋਈ ਆ ਹੁਣ ਇਹਨੇ ਸੰਨੀ ਵੀ ਖਾ ਲਈ ਹਰਾ ਵੀ ਖਾ ਲਿਆ ਜਮਾ ਠੀਕ ਆ ਬਈ ਫਵੀਟੀ ਤੇ ਲੀਲੀ ਇਹ ਵੀ ਠੀਕ ਨੇ ਉਧਰ ਫੀਲ ਚਾਰੇ ਇਧਰ ਦਰਵਾਜੇ ਚ ਆ ਕੇ ਬਹਿ ਜਾਂਦੇ ਹੁੰਦੇ ਨੇ ਹੁਣ ਹਾਂ ਫਿਰ ਛਾਤਰੋ ਕਿਵੇਂ ਆ ਠੀਕ ਆ ਹੈ ਆਜੋ ਫਿਰ ਮਿੱਤਰੋ ਚਲੀਏ ਆਪਾਂ ਅੱਗੇ ਬੈਲਾ ਨੂੰ ਬਾਈ ਫੀਡ ਕਰਾ ਕੇ ਖਵਾ ਕੇ ਇਧਰ ਬੰਨਤਾ ਕੱਚੇ ਚ ਉਧਰ ਤਾਂ ਨਹੀਂ ਬੰਨਿਆ ਕਿਉਂਕਿ ਬਹੁਤ ਜ਼ਿਆਦਾ ਕੀੜੇ ਨੇ ਉਧਰ ਅੱਜ ਤਾਂ ਕਰਕੇ ਇੱਥੇ ਬੰਨਤੀ ਖੀਰ ਤੇ ਰਾਂਝਾ ਬੜੇ ਫਿਰਦੇ ਨੇ ਪੌਂਡ ਚ ਇਧਰ ਕਿਰਤਾ ਕਹਿੰਦਾ ਮੈਂ ਕੀੜੇ ਦਿਖਾਉਣਾ ਤੁਹਾਨੂੰ ਕਿੰਨੇ ਆ ਰਹੇ ਨੇ ਆ ਦੇਖੋ ਬਾਈ ਓਏ ਓਏ 100 ਨਹੀਂ ਕੀਰਤਾ ਇਹ ਤਾਂ ਹਜ਼ਾਰਾਂ ਹੀ ਕੀੜਾਗਾ ਅੱਜ ਬਾਬੇਓ ਆਪਾਂ ਉਹ ਕੁਜੀ ਵੀ ਚੈੱਕ ਕਰਨੀ ਆ ਬੱਚੇ ਨਿਕਲੇ ਆਏ ਕਿ ਨਹੀਂ ਨਿਕਲੇ ਆਏ ਦਿਨ ਇਹਨਾਂ ਦੇ ਪੂਰੇ ਹੋ ਗਏ ਬੱਚੇ ਨਿਕਲਨੇ ਚਾਹੀਦੇ ਨੇ ਦੇਖਦੇ ਆਂ ਅੰਦਰ ਚੱਲ ਕੇ ਮਾਸਟਰ ਕੇਜ ਦੇ ਵਿੱਚ ਬੱਚੇ ਆਪਾਂ ਬਾਅਦ ਚੋਂ ਦੇਖਾਂਗੇ ਬਈ ਪਹਿਲਾਂ ਆਪਾਂ ਮਾਸਟਰ ਖੁੱਡੇ 'ਚ ਚੱਲਦੇ ਆਂ ਇੱਧਰ ਲੈਨੇ ਆ ਖਬਰ ਕੋਈ ਗੁੱਡ ਨਿਊਜ਼ ਆਈ ਆ ਜਾਂ ਨਹੀਂ ਆਈ ਹੈ ਆਈ ਆ ਲੰਮੇ ਨੂੰ ਉਤਰਾ ਜੋੜੀ ਨੇ ਅੰਡਾ ਤਾਂ ਲਿਆ ਅੱਛਾ ਚੱਲ ਦੇਖਦੇ ਆ ਫਿਰ ਚੱਲ ਕੇ ਚਲੋ ਆਜੋ ਬਈ ਫਿਰ ਦੇਖੀਏ ਕਿਹਨੇ ਤਰੇ ਆਂਡਾ ਕਿਹਨੇ ਨਾ ਤੇ ਬਈ ਕਿਰਤਾ ਇੱਧਰ ਦਾਣੇ ਰੱਖ ਗਿਆ ਸੀ ਇਹਨਾਂ ਨੂੰ ਟਰੇ ਅੰਦਰ ਹੀ ਪਈ ਆ ਦਾਣੇ ਵਾਲੀ ਤੇ ਇੱਧਰ ਆ ਲੱਡੂ ਵੀ ਆ ਗਿਆ ਛਾਲ ਮਾਰ ਕੇ ਆਪਦੇ ਆਪ ਅੰਦਰ ਲੱਡੂ ਆ ਤੇਰੀ ਆ ਗੱਲ ਬਾਲੀ ਵਧੀਆ ਲੱਗਦੀ ਐ ਤੂੰ ਆਪਦੇ ਆਪ ਆ ਜੰਨਾਗਾ ਲੋ ਬਈ ਮੇਤਰੋ ਕਬੂਤਰ ਆਪਣੇ ਸਾਰੇ ਬਈ ਠੀਕ ਠਾਕ ਨੇ ਜਮਾਓਕੇ ਦੀ ਰਿਪੋਰਟ ਆ ਆਜੋ ਫਿਰ ਦੇਖੀਏ ਕਿੱਥੇ ਆਂਡਾ ਧਰਿਆਗਾ ਕੀ ਬਾਤ ਐ ਬਈ ਧਰ ਲਿਆ ਬਈ ਕੀ ਬਾਤ ਐ ਵਧੀਆ ਰਹਿ ਕੇ ਕਰਤੇ ਆਪਾਂ ਫੁੱਸਾ ਜੇ ਪਾਤਾ ਹਨਾ ਲੱਕੜ ਦਾ ਬੂਰਾ ਪਾਤਾ ਲੋ ਬਈ ਲਾਲ ਸ਼ਰੀ ਨੇ ਆਂਡਾ ਧਰ ਲਿਆ ਬਈ ਇੱਕ ਤੇ ਬਾਬੇ ਉਹ ਜਿਹੜਾ ਆਪਾਂ ਕੱਲ ਰੱਤੇ ਦਾ ਭਾਈ ਲਿਆਂਦਾ ਆ ਗੁੜਕੀ ਆਂਦਾ ਤੇ ਇਹਦੇ ਨਾਲ ਆ ਕਬੂਤਰੀ ਲਿਆਂਦੀ ਸੀ ਇੱਕ ਚਿੱਟੀਆਂ ਖਾਲੀ ਇਹ ਐਸੇ ਨਾਲ ਹੀ ਮਿਲ ਗਿਆ ਬਈ ਇਹ ਤਾਂ ਕਾਲੀ ਹੀ ਮਿਲ ਗਿਆ ਸੀਗਾ ਆਉਂਦਾ ਆਉਂਦਾ ਪਰ ਬਈ ਇਹਨਾਂ ਦਾ ਜੋੜਾ ਆਪਾਂ ਰੱਖਣਾ ਨਹੀਂ ਹੈਗਾ ਆ ਕਬੂਤਰ ਨੂੰ ਆਪਾਂ ਰੱਤੀ ਨਾਲ ਹੀ ਲਾਵਾਂਗੇ ਕਿਉਂਕਿ ਬਈ ਆਪਾਂ ਪਿਓਰ ਕਬੂਤਰ ਤਿਆਰ ਕਰਨੇ ਨੇ ਪਿਓਰ ਬਲੱਡ ਨਹੀਂ ਤਾਂ ਆਪਾਂ ਮਿਸਪਾ ਕੀ ਵੀ ਲਾ ਦੰਦੇ ਆਪਣੇ ਕੋਲੇ ਪਿਓਰ ਬਲੱਡ ਨਹੀਂ ਹੈਗਾ ਆ ਕਬੂਤਰ ਆ ਬਈ ਜਿਹੜਾ ਹਨਾ ਰੱਤਾ ਤੇ ਆ ਰੱਤੇ ਵਾਲਾ ਭਾਈ ਇਹ ਦੋਨੇ ਮਿੱਕੀ ਦੇ ਹਨਾ ਜਿਹੜਾ ਬਈ ਮਿੱਕੀ ਵਾਲਾ ਗਾਮੀ ਵਾਲਾ ਤਾਂ ਉਹਦੀ ਕਬੂਤਰੀ ਦੇ ਨੇ ਦੋਨੇ ਪੁੱਤ ਬਈ ਉਹ ਬਲੱਡ ਆ ਉਹਨਾਂ ਵਾਲਾ ਤਾਂ ਕਰਕੇ ਬਈ ਆਪਾਂ ਸਿਰਫ ਰੱਤੇ ਰੱਤੇ ਨੂੰ ਤੇ ਇਹਨੂੰ ਹਨਾ ਦੋਨਾਂ ਨੂੰ ਲਾ ਕੇ ਜਮਾ ਪਿਓਰ ਬਲੱਡ ਤਿਆਰ ਕਰ ਲਾਂਗੇ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਜੋੜੀਆਂ ਹੋਣਗੀਆਂ ਪਾੜ-ਪਾੜ ਕੇ ਇਹਨਾਂ ਦੀਆਂ ਹੋਰ ਕਿਸੇ ਨਾਲ ਲਾ ਦਾਂਗੇ ਮਿਸ ਪਾਖੇ ਲਾ ਦਾਂਗੇ ਇੱਕ ਵਾਰੀ ਤਾਂ ਬਈ ਦੋ ਤਿੰਨ ਝੋਲੀਆਂ ਆਪਾਂ ਇਹਨਾਂ ਦੋਨਾਂ ਤੋਂ ਹੀ ਲਵਾਂਗੇ ਤਾਂ ਕਰਕੇ ਬਈ ਆ ਕਬੂਤਰੀ ਨੂੰ ਤਾਂ ਆਪਾਂ ਇੱਥੋਂ ਕੱਢ ਹੀ ਦਿੰਨੇ ਆ ਇਹ ਤੋਂ ਤਾਂ ਇਹ ਦੋ ਦਿਨਾਂ ਚਾਂਡੇ ਧਰਾ ਲੂ ਯਾਰ ਇਹ ਹਾਂ ਬਈ ਤੈਨੂੰ ਅੱਜ ਸ਼ਿਫਟ ਕਰਨਾ ਅਸੀਂ ਕਰਤੇ ਇਹਨੂੰ ਆ ਖਾਣੇ ਚੋਂ ਨਿਕਲਣਾ ਦੀ ਮੈਂ ਰਤੀ ਲੈ ਕੇ ਆਉਣਾ ਠੀਕ ਆ ਰਤੀ ਕਿੱਧਰ ਗਈ ਰਤੀ 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 ਕਿੱਥੇ ਆ ਉਹ ਫਿਰਦੀ ਉਹ ਫਿਰਦੀ ਆ ਫਿਰਦੀ ਆ ਹਾਂ ਬਈ ਰਤੀਏ ਖਰਚਾ 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 ਲਓ ਜੀ ਆ ਫੜ ਲੇ ਮੈਂ ਦੋਨੇ ਬਈ ਭੈਣ ਭਰਾ ਲਓ ਬਈ ਇਹਨੂੰ ਆ ਖਾਣੇ ਚ ਛੱਡ ਕੇ ਦੇਖਦੇ ਆ ਦੇਖੋ ਬਈ ਜਮਾ ਇੱਕੋ ਜਿਹਾ ਲੱਗਦੇ ਆ ਜਮਾ ਆ ਦੇਖ ਕਰਤੇ ਹੈਨਾ ਦੇਖ ਉਹਦਾ ਵੀ ਇੰਨਾ ਇੱਕ ਫਿਰਲਾ ਲਾਇਆ ਇਹਦਾ ਵੀ ਇਹਨੂੰ ਆਪਾਂ ਕੀ ਕਰਦੇ ਆ ਉਤਲੇ ਜਿਹੜਾ ਆਪਣਾ ਕੋਠੀ ਵਾਲਾ ਹਨਾ ਖੁੱਡਾ ਉਹਦੇ 'ਚ ਛੱਡ ਦਿੰਨੇ ਆ ਜਿੱਦ ਦੇ 2-3 ਦਿਨਾਂ 'ਚ ਜੋੜੀ ਮਿਲ ਗਈ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਹੀ ਲੈ ਆਵਾਂਗੇ ਆਂਡੇ ਤਾਂ ਆਪਾਂ ਇਹਨਾਂ ਤੋਂ ਆਹੀ ਖੁੱਡੇ ਦੇ ਵਿੱਚ ਧਰਾਵਾਂਗੇ ਪਰ ਇਹਨਾਂ ਦਾ ਜੋੜਾ ਆਪਾਂ ਉਤਲੇ ਖੁੱਡੇ 'ਚ ਮਲਾਵਾਂਗੇ ਚਲੋ ਭਈ ਇਹਨਾਂ ਨੂੰ ਲੈ ਕੇ ਚੱਲਦੇ ਆ ਇੱਕ ਆ ਜੋੜੇ ਨੂੰ ਇੱਕ ਜੋੜਾ ਹੋਰ ਮਲਾਉਣਾ ਉਹਨੂੰ ਤਾਂ ਕਿਤੇ ਹੋਰ ਛੱਡਾਂਗੇ ਫਿਲਹਾਲ ਆ ਦੋਨੋਂ ਆਪਾਂ ਉਤਲੇ ਹੁਡੇ 'ਚ ਛੱਡਣਾ ਅੱਜ ਜਦੋਂ ਬਈ ਇਹਨਾਂ ਨੇ ਦੋ ਤਿੰਨ ਝੋਲੀਆਂ ਹਨਾ ਧਰ ਲੀਆਂ ਬੱਚੇ ਕੱਢ ਲਏ ਫਿਰ ਬਈ ਇਹਨਾਂ ਦਾ ਜਮਾ ਹਨਾ ਪਿਓਰ ਬਲੱਡ ਆਜੂ ਆਪਣੇ ਕੋਲੇ ਜਮਾ ਇਹਨਾਂ ਦਾ ਅਫਲੀ ਬਲੱਡ ਫਿਰ ਆਪਾਂ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਕਰ ਦਾਂਗੇ ਕਬੂਤਰੀ ਨੂੰ ਕਿਸੇ ਹੋਰ ਨਾਲ ਲਾ ਦਾਂਗੇ ਕਬੂਤਰ ਨੂੰ ਕਿਸੇ ਹੋਰ ਨਾਲ ਆਜੋ ਬਈ ਫਿਰ ਲਓ ਬਈ ਕਬੂਤਰ ਸੈੱਟ ਕਰਕੇ ਫੜ ਲਿਆ ਆਜੋ ਫਿਰ ਇਹਨੂੰ ਪਾਈ ਆਪਾਂ ਜਾਲ 'ਚ ਲੈ ਬਈ ਜਾ ਅੰਦਰ ਆ ਵੀ ਫੜ ਲਿਆ ਰਤੀ ਲੇ ਵੀ ਰਤੀ ਫਿਰ ਤੂੰ ਵੀ ਜਾ ਅੰਦਰ ਆਜੋ ਫਿਰ ਤੁਹਾਨੂੰ ਲੈ ਕੇ ਚੱਲੀਏ ਤਾਂ ਹਾਲੇ ਖੁੱਡੇ ਚ ਤੇ ਆਪ ਜੇ ਇਹਨਾਂ ਦੀ ਪਿੰਨ ਪਿੰਨ ਆਪਾਂ ਪਾ ਦਿੰਨੇ ਆ ਲਓ ਜੀ ਆਜੋ ਬਾਬਿਓ ਫਿਰ ਲੈ ਕੇ ਚੱਲੀਏ ਇਹਨਾਂ ਨੂੰ ਆਪਾਂ ਉੱਤੇ ਤੇ ਆਹ ਖੁੱਡਾ ਕਰਦੇ ਆਪਾਂ ਬੰਦ ਲੱਡੂ ਅੰਦਰ ਹੀ ਰਹਿ ਅੰਦਰ ਰਹਿ ਇੱਕ ਵਾਰੀ ਇਹਨਾਂ ਕੁ ਭੇੜ ਦਿੰਨੇ ਆ ਬਹੁਤ ਆ ਆਜੋ ਫਿਰ ਚੱਲੀਏ ਲੈ ਕੇ ਇਹਨਾਂ ਨੂੰ ਚਲੋ ਬਈ ਤਾਂਹਾਂ ਕੋਠੀ ਤੇ ਕਬੂਤਰਾਂ ਨੂੰ ਉੱਤੇ ਲੈ ਜਾਣ ਤੋਂ ਪਹਿਲਾਂ ਬਈ ਮੈਂ ਇਹਨਾਂ ਨੂੰ ਦਾਣੇ ਫਿਟਦਾ ਚਾਰ ਕਰ ਲਓ ਬਈ ਹੀਰ ਤੇ ਰਾਂਝਾ ਆਜੋ ਆਓ 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 ਨਾਲੇ ਲੱਕੇ ਖਾ ਲੈਣਗੇ ਨਾਲੇ ਆਹ ਖਾ ਲੈਣਗੇ ਆਜੋ ਬਾਬੇ ਹੁਣ ਚੱਲਦੇ ਆਪਾਂ ਤਾਂ ਹਾਂ ਚਲੋ ਬਈ ਕਰਤੇ ਗੇਟ ਖੋਲ ਹਟ ਜਾਓ ਤੋ ਮੈਂ ਖੋਲ ਦੇਣਾ ਲੈ ਖੋਲਦੇ ਹੁਣ ਆ ਜਾਓ ਬਈ ਲੋ ਬਾਬਿਓ ਲਿਆਏ ਬਈ ਆਪਾਂ ਜੋੜੀ ਨੂੰ ਉੱਤੇ ਤੇ ਇਧਰ ਬਈ ਦੋ ਬੱਚੇ ਨੇ ਦਿਖਾਉਨੇ ਆ ਉਹ ਦੋਨੇ ਬੱਚੇ ਨੇ ਪਯੌਰ ਚਿੱਟਾ ਤੇ ਲਾਲ ਹੁਣ ਆਪਾਂ ਆ ਜੋੜੀ ਨੂੰ ਵਿੱਚ ਛੱਡਾਂਗੇ ਤੇ ਉਹ ਬੱਚੇ ਨੂੰ ਆਪਾਂ ਇੱਥੋਂ ਲੈ ਕੇ ਚੱਲਾਂਗੇ। ਇਹ ਮੂੰਹ ਇੱਧਰ ਕਰ ਦਈਏ। ਲੋ ਬਈ ਫਿਰ ਜਾਓ ਅੰਦਰ। ਆ ਰਤੀ ਤਾਂ ਇੱਥੇ ਪਹਿਲਾਂ ਵੀ ਰਹੀ ਹੋਈ ਆ। ਇਹਦਾ ਪਹਿਲਾ ਦਿਨ ਆ ਪੂਛ ਦੇਖੋ ਬਈ ਪਿੱਛੋਂ ਪੂਆ ਕਬੂਤਰ ਦੀ ਬਣਦੀ ਹੈ ਨਾ ਬੱਤੀ ਦੇਖੋ। ਆਹ ਬਈ ਬਲੱਡ। ਤਾਂ ਹੀ ਆਪਾਂ ਇਹਨਾਂ ਦਾ ਜੋੜਾ ਲਾਉਣਾ ਬਈ ਇੱਕ ਦੂਜੇ ਨਾਲ। ਫਿਰ ਆਪਣੇ ਕੋਲੇ ਵਧੀਆ ਬੱਚੇ ਤਿਆਰ ਹੋ ਜਾਣਗੇ ਆ ਜਮਾ ਇੱਕ ਇੰਨੀ ਕਪੂਸ਼ ਆ ਯਾਰ ਜਿਵੇਂ ਬੱਤੀ ਬਣਦੀ ਆ ਪਿੱਛੋਂ ਦੇਖੋ ਚੱਲ ਕਰਤੇ ਐਂ ਕਰ ਹੁਣ ਆਹ ਦੋਨੇ ਬੱਚੇ ਬਾਹਰ ਕੱਢ ਲਿਆ ਆਹ ਜੋੜੀ ਨੂੰ ਆਪਾਂ ਕੱਲੀ ਨੂੰ ਇੱਥੇ ਛੱਡਣਾ ਹੈਗਾ ਆ ਦੋਨੇ ਬੱਚੇ ਬਾਹਰ ਕੱਢ ਲਿਆ ਤੇ ਭਾਈ ਹਨਾ ਜਿਹੜੀ ਆਹ ਰੱਤੇ ਤੇ ਰੱਤੇ ਦੀ ਮਾਂ ਭਾਈ ਅਰਮਾਨ ਕੋਲੇ ਬੈਠੀ ਆ ਮੀਕੀ ਵਾਲੀ ਕਬੂਤਰੀ 100 ਨੰਬਰ ਠੱਲ ਵਾਲੀ ਜਿਹੜੀ ਉਹ ਹਨਾ ਉਹ ਕਹਿੰਦਾ ਸੀ ਵੀ ਆਹ ਕਬੂਤਰ ਮੇਰੇ ਖੁੱਡੇ ਦਾ ਕੈਂਗਾ ਉਹ ਕਬੂਤਰ ਨਾਲ ਲਾਈ ਹੋਈ ਸੀ ਉਹਨੇ ਉਹ ਕਬੂਤਰੀ ਜਿਹੜੇ ਕਬੂਤਰ ਦੇ ਰੰਗ ਲੱਗਿਆ ਸੀ ਪੋਟੇ ਤੇ ਹਰਾ ਓਵਾ ਬਈ ਇਹਨਾਂ ਦੀ ਮਾਂ ਦੋਨਾਂ ਦੀ ਲਿਆ ਬਈ ਤੁਸੀਂ ਆ ਛੋਟੇ ਬੱਚੇ ਵਾਂਗ ਹਾਂ ਲੋ ਬਈ ਇਹਨੂੰ ਵਿੱਚ ਪਾ ਲੈਨੇ ਆ ਇਹਨੂੰ ਹੀ ਪਾ ਇਲਾਕੇ 'ਤੇ ਭਰਾ ਹੁ ਮੜਾਇਆ ਪਾਣੀ ਰੱਖੀ ਇਹਨਾਂ ਨੂੰ ਇਹ ਲੋ ਬਈ ਪਾਣੀ ਬਾਬਿਓ ਰੱਖਤਾ ਦਾਣੇ ਥੋੜੇ ਜਿਹਾ ਪਏ ਇਹਨਾਂ ਕੋਲੇ ਝਾੜੂ ਮਾਰਨ ਵਾਲਾ ਹੋ ਰਿਹਾ ਖੁੱਡੇ ਚ ਕੱਲ ਨੂੰ ਮਾਰ ਦਾਂਗੇ ਚਲੋ ਬਈ ਹੁਣ ਕਰਦੇ ਇਹਨੂੰ ਬੰਦ ਆਪਾਂ ਲਓ ਜੀ ਲੈ ਕਰਤੇ ਖੋਲ ਗੇਟ ਫਿਰ ਖੁੱਡੇ ਦਾ ਲੋ ਬਈ ਮਿੱਤਰੋ ਆ ਗਿਆ ਆਪਾਂ ਥੱਲੇ ਚਲੋ ਫਿਰ ਛੱਡਿਏ ਇਹਨਾਂ ਨੂੰ ਅੰਦਰ ਲੋ ਬਈ ਜਾਓ ਫਿਰ ਚਲੋ ਭੱਜੋ ਕਰਤੇ ਡਰਾਈਆਂ ਇਹਨਾਂ ਨੂੰ ਪਿੱਛੋਂ ਡਰਾ ਦੇ ਡਰਾ ਦੇ ਚੱਲ 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 ਬਾਹਰ ਚੱਲ ਚੱਲ ਬਈ ਸ਼ਾਬਾਸ਼ ਲੋ ਬਈ ਦੋਨੇ ਸ਼ਿਫਟ ਕਰਤੇ ਅੰਦਰ ਆ ਦੇਖੋ ਆ ਬੱਚਾ ਇਹ ਤਾਂ ਬਹੁਤ ਛੋਟਾ ਹੈ ਨਿਕਾ ਹੀ ਆ ਦੇਖ ਪੂਛ ਦੇਖੋ ਹਾਂ ਪੂਛ ਤੇ ਦੁਬਾਰੇ ਕੱਢੂਆ ਉੜਦਾ ਬਹੁਤ ਹੈ ਇਹ ਹਾਂ ਹਾਂ ਬਾਕੀ ਹੁਣ ਮਿੱਤਰੋ ਆਪਣੇ ਕੋਲੇ ਤਿੰਨ ਜੋੜੀਆਂ ਨੇ ਅੰਡੇ ਧਰ ਲੇ ਇੱਕ ਉੱਥੇ ਇੱਕੋ ਗੋਲੀ ਨੇ ਇੱਕੋ ਥੱਲੇ ਤਿੰਨ ਤੇ ਭਈ ਦੋ ਜੋੜੀਆਂ ਹੋਰ ਤਿਆਰ ਨੇ ਅੰਡੇ ਧਰਨ ਵਾਲੀਆਂ ਇੱਕ ਜੋੜੀ ਆਹਾ ਆ ਛੋਟੇ ਕਬੂਤਰ ਵਾਲੀ ਇੱਥੇ ਧਰੂਗੀ ਅੰਡੇ ਇਹ ਵੀ ਇੱਕ ਦੋ ਦਿਨਾਂ ਚ ਧਰ ਲੂਗੀ ਤੇ ਬਾਕੀ ਇੱਕ ਇੱਕ ਜੋੜੀ ਹੋਰ ਧਰੂਗੀ ਉੱਥੇ ਉਹ ਮੋਜੀ ਵਾਲੀ ਤਾ ਬਈ ਬਰੀਡਿੰਗ ਹਨਾ ਪੂਰੀ ਚੱਲ ਪੂਗੀ ਪ੍ਰੋਫੈਸਰ ਸਾਰਾ ਵਧੀਆ ਚੱਲੂਗਾ ਇੱਥੇ ਮਿੱਤਰੋ ਇੱਕ ਕੰਮ ਆਪਾਂ ਹੋਰ ਕਰਨਾ ਬਈ ਜਿਹੜੀ ਜੱਜ ਕੋਲੋਂ ਆਪਾਂ ਕਬੂਤਰੀ ਲਿਆਂਦੀ ਸੀ ਜਾਨੀ ਕਿ ਅਰਮਾਨ ਕੋਲੋਂ ਹਨਾ ਆ ਕਾਲੀ ਨੋਕ ਕਾਲੀ ਜਿਹੜੀ ਜੱਜ ਨੇ ਬਾਜੀ ਤੇ ਛੱਡਣੀ ਸੀ ਕਿੱਧਰ ਗਈ ਏ ਕਿੱਥੇ ਕਬੂਤਰੀ ਉਹ ਉਹ ਬੈਠੀ ਆ ਬੈਠੀ ਬਈ ਕਾਲੀ ਨੋਕ ਕਾਲੀ ਆਹ ਹਾ ਕਾਲੇ ਪੱਲੇ ਵਾਲੀ ਆ ਕਬੂਤਰੀ ਬਈ ਆਪਾਂ ਇੱਥੋਂ ਕੱਢਣੀ ਆ ਇਹਦੇ ਨਾਲ ਇੱਕ ਕਬੂਤਰ ਲਾਵਾਂਗੇ ਚੰਗਾ ਆ ਤੇ ਨਾ ਦੋਨਾਂ ਨੂੰ ਅਲੱਗ ਛੱਡ ਦਾਂਗੇ ਕਿਉਂਕਿ ਬਈ ਐਦਾ ਜੋੜਾ ਨਾ ਉਹ ਲਾਲ ਕਬੂਤਰ ਨਾਲ ਮਿਲ ਗਿਆ ਬਈ ਆ ਬੈਠਾ ਲਾਲ ਐਦਾ ਆਪਾਂ ਨੂੰ ਪਤਾ ਨਹੀਂ ਕਿਵੇਂ ਆ ਕਬੂਤਰ ਇਹ ਕਿਵੇਂ ਨਾ ਕਬੂਤਰੀ ਦਾ ਪਤਾਗਾ ਮੈਂ ਜੱਜ ਕੋਲੇ ਕੱਲ ਇਹਦਾ ਟਾਈਮ ਵੀ ਦੇਖਿਆ ਸੀ 5 5 6 6 ਵਜੇ ਤੱਕ ਵੀ ਉੜਦੀ ਰਹੀ ਐ ਇਹ ਬਿਨਾ ਪਾਣੀ ਤੋਂ ਜਦੋਂ ਪਾਣੀ ਦੇਣ ਲੱਗਿਆ ਸੀ ਫਿਰ ਇਹਦਾ ਟਾਈਮ ਘਟ ਗਿਆ ਸੀਗਾ ਤਵੇ ਇਹਦਾ ਟਾਈਮ 3 4 2 2 ਆਇ ਰਿਹਾਗਾ ਬਈ ਇਹਦਾ ਤਾਂ ਕਰਕੇ ਇਹਨੂੰ ਆਪਾਂ ਅਲੱਗ ਕਰਾਂਗੇ ਬਈ ਆ ਜਾ ਆ ਜਾ ਤੇਰਾ ਜੋੜਾ ਸੀ ਕਿਤੇ ਹੋਰ ਲਾਵਾਂਗੇ ਆ ਜਾ ਆ ਕਬੂਤਰੀ ਆ ਬਈ ਦੇਖੋ ਇਹਦਾ ਜੋੜਾ ਆਪਾਂ ਨਾ ਕਿਰਤੇ ਫੜੀ ਉਹਨੂੰ ਆ ਆ ਆਹੀ 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 ਹਾਂ ਆ ਲਿਆ ਇਧਰ ਆ ਦਿਖਾ ਅੱਖ ਦਿਖਾ ਇਹਦੀ ਪਰਲੀ ਆ ਦੇਖੋ ਆ ਕਬੂਤਰ ਨਾਲ ਲਾਵਾਂਗੇ ਬਈ ਇਹਦਾ ਜੋੜਾ ਦੇਖੋ ਬਹੁਤ ਵਧੀਆ ਲੱਗੂ ਇਹਨਾਂ ਦਾ ਜੋੜਾ ਤੇ ਬਈ ਘੈਂਟ ਲੱਗੂ ਆ ਇਹਨਾਂ ਨੂੰ ਆਪਾਂ ਲਾ ਕੇ ਛੱਡ ਦਿੰਨੇ ਆ ਕਿਤੇ ਤੇ ਹੁਣ ਆ ਕਬੂਤਰ ਵਿਹਲਾ ਪਹਿਲਾਂ ਇਹਦੇ ਨਾਲ ਰਤੀ ਲੱਗੀ ਸੀਗੀ ਰਤੀ ਤੋੜਤੀ ਆਪਾਂ ਆਹ ਲਾਤੀ ਕੀ ਲਿਖਿਆਗਾ ਪੀ 22 ਪੀ 22 ਲਿਖਿਆ ਬਈ ਠੱਲ ਤੇ ਠੱਲ ਵੀ ਦੂਜੀ ਹੈਗੀ ਜਿਹੜੀ ਛੋਟੇ ਹੁੰਦੇ ਦੇ ਪੈਂਦੀ ਹੈਗੀ ਆ ਜਾ ਫਿਰ ਕਿਰਤੇ ਛੱਡੀਏ ਇਹਨਾਂ ਦਾ ਜੋੜਾ ਆਪਾਂ ਆਹ ਕਰ ਦਿੰਨੇ ਆਂ ਬੰਦ ਇਹਨਾਂ ਦਾ ਜੋੜਾ ਬਈ ਆਪਾਂ ਇਹਦੇ ਵਿੱਚ ਛੱਡਾਂਗੇ ਇੱਥੇ ਘੈਂਟ ਰੂ ਕੰਮ ਇਹਨਾਂ ਦਾ ਆਹ ਡੋਲੀ ਦੇ ਵਿੱਚ ਜਾਲੀ ਦੇ ਵਿੱਚ ਕਿਰਤੇ ਇੱਕ ਮਿੰਟ ਝਾੜੂ ਮਾਰਨ ਵਾਲਾ ਥੱਲੇ ਦਾ ਸਾਫ਼ ਆ ਚੱਲ ਥੱਲੇ ਛੱਡ ਦੇ ਆ ਲੈ ਦੋਨੇ ਸਰਨੇ ਛੇਦੀ ਛੇਦੀ ਭੇੜ ਕੇ ਤੇ ਉੱਡੇ ਆਣ ਇੱਥੇ ਬਈ ਸੱਟ ਰਹਿਣਗੇ ਇਹ ਪਾਣੀ ਪੂਣੀ ਰੱਖ ਦਾਂਗੇ ਇਥੇ 2-3 ਦਿਨਾਂ ਚ ਜੋੜਾ ਮਿਲ ਜੂਆ ਉਦੋਂ ਬਾਅਦ ਇਹਨਾਂ ਨੂੰ ਮਾਸਟਰ ਖੁੱਡੇ 'ਚ ਛੱਡ ਦਾਂਗੇ ਬਰੀਡਿੰਗ ਵਾਸਤੇ ਚਲੋ ਬਾਪੋ ਹੁਣ ਕਰਦੇ ਇਹਨੂੰ ਬੰਦ ਲਓ ਜੀ ਬਈ ਆਹ ਦੋਨੇ ਕਬੂਤਰ ਉੱਥੋਂ ਕੱਢ ਲਿਆਂਦੇ ਜਾਲੀ 'ਚੋਂ ਫਟਾਫਟ ਮੇਰੇ ਯਾਦ ਆ ਗਿਆ ਬਈ ਉੱਥੇ ਲੱਕਵੇ ਵਾਲੇ ਕਬੂਤਰ ਛੱਡੇ ਹੋਏ ਸੀ ਤਾਂ ਬਈ ਉੱਥੇ ਕੋਈ ਸਪਰੇ ਸਪਰੂ ਨਹੀਂ ਮਾਰੀ ਆਪੋ ਦੇ 'ਚ ਤਾਂ ਬਈ ਆਹ ਛੜਤੀ ਸੀਗੇ ਫਿਰ ਮੈਂ ਭੱਜ ਕੇ ਕੱਢੇ ਇੱਕ ਤਾਂ ਮੇਰੇ ਯਾਦ ਆ ਗਿਆ ਤਾਂ ਇਹਨਾਂ ਨੂੰ ਆਪਾਂ ਇਹਦੇ ਵਿੱਚ ਛੱਡ ਦਿੰਨੇ ਆ ਪਿੰਜਰੇ ਦੇ ਇੱਥੇ ਲੋਟ ਰੂ ਇਹਨਾਂ ਦਾ ਕੰਮ ਲੈ ਬਈ ਜਾ ਛੱਡ ਬਈ ਕਬੂਤਰੀ ਨੂੰ ਕੋਲੇ ਉਰੇ ਕੋਈ ਖੜ ਜੋ ਖੜ ਜੋ ਖੜ ਜੋ ਆ ਲੋ ਪੀਓ ਚੱਖੋ ਬਈ ਲੋ ਬਾਬਿਓ ਹੁਣ ਚੱਲਾਂਗੇ ਆਪਾਂ ਮਾਸਟਰ ਕੇਜ ਦੇ ਅੰਦਰ ਬੱਚੇ ਦੇਖਣ ਤੇ ਬਈ ਆਪਣੇ ਉਰੇ ਦੇਖੋ ਹਨਾ ਕੀ ਹਾਲ ਆ ਕੀ ਡਿਆਂ ਦਾ ਉਰੇ ਹਲਦੀ ਪਾਉਣੀ ਪਊ ਇਹ ਅੰਦਰ ਨਹੀਂ ਜਾਣਦੇ ਜਾਂਦੇ ਸਾਨੂੰ ਹਨਾ ਦੰਦੀਆਂ ਵੜਦੇ ਨੇ ਪੈਰਾਂ ਤੇ ਤਾਂ ਬਈ ਆਪਾਂ ਇੱਥੇ ਬਾਰ ਬਾਰ ਹਲਦੀ ਪਾ ਦਨੇ ਆ ਫਿਰ ਚੱਲਾਂਗੇ ਅੰਦਰ ਆ ਗੀ ਛੋਟੀ ਮੂਹਾਂ ਤਾ ਗਾਦੀ ਮੰਦਿਸ ਨਾ ਲੋ ਬਈ ਗੇਟ ਦੇ ਅੱਗੇ ਅੱਗੇ ਤਾਂ ਪਾਤੀ ਇਧਰ ਵੀ ਪਾ ਦਿੰਨੇ ਥੋੜੀ ਜੀ ਉਰੋ ਦੇਖੋ ਕਿਵੇਂ ਭੱਜਣਗੇ ਦੇਖੋ ਬਈ ਦੇਖੋ ਹੁਣ ਟੱਪਦੇ ਆ ਨਾ ਕੋਈ ਵੀਰੀ ਮੰਗੂ ਘੋਂਦੇ ਨਹੀਂ ਦੇਖ ਇਧਰ ਵੀ ਪਾ ਦਿੰਨੇ ਯਾਰ ਥੋੜੀ ਜੀ ਗੇਟ ਦੇ ਕੇ ਫੇਰ ਹੀ ਅੰਦਰ ਜਾਣ ਦੇਣਗੇ ਆਪਾਂ ਨੂੰ ਨਹੀਂ ਤਾਂ ਆਪਣੇ ਤਾਂ ਅੰਦਰ ਨਹੀਂ ਆਏ ਜਾਣਾ ਇੱਥੇ ਇੱਥੇ ਛਿੜਕ ਦਿੰਨੇ ਆ ਲੋ ਬਈ ਲੋ ਬਈ ਭੱਜ ਗਏ ਸਾਰੇ ਕੀੜੇ ਕਿਰਤਾ ਵੀ ਆਰਮਨਾਲ ਖੜਾ ਹੋਣ ਇੱਥੇ ਸਾਰੇ ਕੀੜੇ ਟਾਪ ਲਾ ਗਏ ਉਧਰ ਬਈ ਆਪਾਂ ਇੰਨੇ ਖੁੱਡੇ ਚ ਚਾਕ ਮਾਰ ਕੇ ਆਏ ਸੀ ਇੰਨੇ ਨੂੰ ਆ ਸਾਰੇ ਗਾਇਬ ਹੋ ਗਏ ਚਲੋ ਹੁਣ ਆਪਾਂ ਅੰਦਰ ਚੱਲਦੇ ਆ ਚੱਕੋ ਬਈ ਮਿੱਤਰੋ ਆ ਗਏ ਆਪਾਂ ਅੰਦਰ ਦੇਖੋ ਬਈ ਚਿੜੀਆਂ ਤੋਤੇ ਪੈਰਟ ਸ਼ੈਰਟ ਬਜੀ ਸ਼ਜੀ ਕੋਕਟੇਲ ਸ਼ੌਕਟੇਲ ਸਾਰੇ ਛਾਲਾ ਮਰੀ ਜਾਂਦੇ ਨੇ ਓਕੇ ਨੇ ਜਮਾ ਖੁਸ਼ ਨੇ ਪੂਰੇ ਕਿਉਂਕਿ ਬਈ ਹੁਣ ਮੌਸਮ ਠੰਡਾ ਹੋ ਗਿਆ ਨਾ ਤਾਂ ਕਰਕੇ ਆ ਜਾਓ ਫਿਰ ਦੇਖੀਏ ਬਈ ਉਧਰ ਬੱਚੇ ਕੱਢਿਆ ਕਿ ਨਾ ਓਏ ਹੋਏ 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 ਬਾਈ ਇੰਨੇ ਕੀੜੇ ਅੰਦਰ ਯਾਰ ਭੈ ਕਟੋ ਕਟ 200 300 ਕੀੜਾ ਫਿਰਦਾ ਬਾਈ ਮੈਨ ਲੱਗਦਾ ਬਈ ਇੰਨੇ ਆਂਡੇ ਖਰਾਬ ਕਰਤੇ ਕੀੜਿਆਂ ਨੇ ਬਈ ਹਲੇ ਬੱਚੇ ਤਾਂ ਨਿਕਲੇ ਨਹੀਂ ਸੀ ਪਰ ਆਂਡਿਆਂ ਤੇ ਕੀੜੇ ਆ ਰਹੇ ਨੇ ਹੁਣ ਤੋਤੇ ਵੀ ਕਿੱਥੋਂ ਬੈਠਣ ਅੰਦਰ ਤਾਂ ਬਾਬਿਓ ਯਾਰ ਬਹੁਤ ਦੁਖੀ ਕਰਿਆ ਕੀੜਿਆਂ ਆ ਗਏ ਨੇ ਯਾਰ ਪਹਿਲਾਂ ਉਰੇ ਦੇਖੋ ਕੀ ਹਾਲ ਸੀਗਾ ਅੱਜ ਨਾ ਡੀ ਡੀ ਟੀ ਦਵਾਈ ਮੰਗਾ ਕੇ ਪਾ ਕੇ ਉਦੋਂ ਬਾਅਦ ਬਈ ਆਪਾਂ ਟੈਨਸ਼ਨ ਫਰੀ ਹੋਵਾਂਗੇ ਫਿਰ ਇੱਕ ਵੀ ਕੀੜਾ ਨਹੀਂ ਦੇਖਣਾ ਹੈਗਾ ਉਹ ਉਹਦਾ ਪੱਕਾ ਇਲਾਜ ਆ ਉਹ ਜਿਹੜੇ ਮੇਰੇ ਯਾਰ ਮਿੱਤਰ ਨੇ ਪਾਈ ਸੀ ਹਨਾ ਉਹਨਾਂ ਦੇ ਘਰੇ ਵੀ ਭੌਣ ਸੀਗਾ ਉਹਨੇ ਇੱਕ ਵਾਰੀ ਪਾਈ ਫਾਰਾ ਭੌਣ ਖਤਮ ਤਾਂ ਬਈ ਬਹੁਤ ਦੁਖੀ ਕੀਤਾ ਕੀੜਿਆਂ ਨੇ ਬਹੁਤ ਜਿਆਦਾ ਦੁਖੀ ਕੀਤਾਗਾ ਪਹਿਲਾਂ 2-3 ਵਾਰੀ ਆਂਡੇ ਖਰਾਬ ਕਰਤੇ ਕਬੂਤਰਾਂ ਦੇ ਅੱਜ ਬਈ ਤੋਤਿਆਂ ਦੇ ਨਹੀਂ ਤਾਂ ਯਾਰ ਆਪਣੇ 3-4 ਦਿਨਾਂ ਤੱਕ ਬੱਚੇ ਨਿਕਲੇ ਹੁਣੇ ਸੀ ਹਨਾ 7 ਆਂਡੇ ਸੀ ਪੰਜ-ਛੇ ਬੱਚੇ ਤਾਂ ਆਰਾਮ ਨਾਲ ਨਿਕਲਦੇ ਇੱਧਰ ਬਈ ਚਿੱਟੀਆਂ ਚਿੜੀਆਂ ਨੇ ਬਈ ਆਂਡੇ ਧਰਖੇ ਨੇ ਤਿੰਨ ਆਂਡੇ ਧਰਲੇ ਬਾਬਿਓ ਤੁਹਾਨੂੰ ਵਧਾਈਆਂ ਹੁਣ ਸਾਰਿਆਂ ਨੂੰ ਰਹਿਮਤ ਪੱਜ ਜਾ ਪੱਜ ਜਾ ਪੱਜ ਕੇ ਪੱਜ ਕੇ ਸ਼ਾਬਾਸ਼ ਬਾਕੀ ਮਿੱਤਰੋ ਇਧਰ ਮੌਸਮ ਬਈ ਬਹੁਤ ਠੰਡਾ ਹੋ ਰਿਹਾਗਾ ਹਨਾ ਕਦੋਂ ਵੀ ਮੀਂਹ ਆ ਸਕਦਾਗਾ ਗਰਮੀ ਲਗ ਭੱਗ ਚੱਕੀ ਗਈ ਸਾਰੀ ਹੁਣ ਤੇ ਆਸੀ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਏ ਤਾਂ ਲਾਈਕ ਕਰ ਲਿਓ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜਟੋ